ਹਾਂਜੀ, ਕਿੱਦਾਂ ਫਿਰ ਸਾਰੇ? ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਤੇ ਜਿੱਦਾਂ ਤੁਸੀਂ ਵੀਡੀਓ ਦੇਖੀ ਹੋਣੀ ਆ ਪਹਿਲਾਂ ਵਾਲੀ, ਹੈ ਨਾ, ਕਾਲਜ ਦਾ ਵਲੋਗ, ਉਦੋਂ ਬਾਅਦ ਆਹ ਸੈਸਕਾਟੂਨ ਮੂਵ ਹੋਣ ਵਾਲੀ, ਅਤੇ ਆਪਾਂ ਪਹੁੰਚ ਚੁੱਕੇ ਹਾਂ ਸੈਸਕਾਟੂਨ। ਅਤੇ ਅੱਜ ਤਾਂ ਆਪਾਂ ਤੁਹਾਨੂੰ ਦਿਖਾਵਾਂਗੇ ਸੈਸਕਾਟੂਨ ਦਾ ਗੁਰੂ ਘਰ, ਇੱਥੋਂ ਦਾ ਗੁਰਦੁਆਰਾ, ਉਹਦੇ ਤੁਹਾਨੂੰ ਦਰਸ਼ਨ ਕਰਾਵਾਂਗੇ। ਵੀ ਇੱਦਾਂ ਮੈਂ ਕਹਿ ਰਿਹਾ ਕਿ ਬ੍ਰੈਂਪਟਨ ਦਾ ਬਹੁਤ ਗੁਰੂ ਘਰ ਆ, ਇੱਥੇ ਹਲੇ ਇੱਕ ਹੀ ਹੈਗਾ, ਬਾਕੀ ਇਹ ਸ਼ਹਿਰ ਦੋ ਪਾਰਟ 'ਚ ਵੰਡਿਆ ਹੋਇਆ। ਇੱਕ ਇੱਧਰ ਸ਼ਹਿਰ ਆ ਨਹਿਰ ਤੋਂ, ਇੱਕ ਨਹਿਰ ਲੰਘਦੀ ਆ, ਬਹੁਤ ਮਤਲਬ ਹੈਗਾ ਹੈਗੀ ਆ ਗਈ, ਛੋਟੀ ਨਹਿਰ ਨਹੀਂ ਵੱਡੀ ਨਹਿਰ ਲੰਘਦੀ ਆ, ਉਹ ਪੁਲ ਪਾਰ ਕਰਕੇ ਪਰਲੇ ਪਾਸੇ ਜਾਈਦਾ। ਉੱਧਰ ਮੈਨੂੰ ਪਤਾ ਨਹੀਂ, ਉਹ ਡਿਵੈਲਪਡ ਏਰੀਆ ਵਾ ਪੂਰਾ, ਉੱਧਰ ਪਤਾ ਨਹੀਂ ਗੁਰਦੁਆਰਾ ਹੈਗਾ ਜਾਂ ਨਹੀਂ। ਇੱਧਰ ਸਾਡੇ ਹੈਗਾ, ਇਹ ਵੀ ਮਤਲਬ ਆਪਣੇ ਸਿੱਖਾਂ ਨੇ ਬਣਾਇਆ, ਵੀ ਹੁਣ ਖੇਤਾਂ 'ਚ ਜਾ ਗਿਆ ਬਿਲਕੁਲ ਉੱਧਰ ਖੇਤ। ਬਾਕੀ ਸੈਸਕਾਟੂਨ ਤੋਂ ਜਦੋਂ ਤੁਸੀਂ ਬਾਹਰ ਨਿਕਲ ਜਾਓਗੇ, ਸੈਸਕਾਟੂਨ ਕੀ ਹੈ ਤਾਂ ਆਪਣੇ ਉੱਧਰ ਹੀ ਬ੍ਰੈਂਪਟਨ ਤੋਂ ਅਸੀਂ ਐਂ ਕਰਕੇ ਲੱਗਦਾ ਵਾ, ਬਾਕੀ ਸਾਰੇ ਪਾਸੇ ਖੇਤ ਹੀ ਖੇਤ ਪਏ ਆ। ਅਤੇ ਇੱਥੇ ਵੀ 15 ਕਿਲੋਮੀਟਰ ਦੇ ਵਿੱਚ ਹੀ ਸ਼ਹਿਰ ਮੁੱਕ ਜਾਂਦਾ ਵਾ ਸੈਸਕਾਟੂਨ, ਅਤੇ ਇਸ ਤੋਂ ਬਾਹਰ ਨਿਕਲ ਜਾਓਗੇ ਤੁਸੀਂ ਖੇਤ ਹੀ ਖੇਤ ਆ। ਅਤੇ ਅੱਜ ਤੁਹਾਨੂੰ ਦਿਖਾਵਾਂਗੇ, ਹੁਣ ਆਪਾਂ ਗੁਰੂ ਘਰ ਦੇ ਦਰਸ਼ਨ ਕਰਾਉਂਦੇ ਹਾਂ। ਅਤੇ ਬਾਕੀ ਜੇ ਕਿਸੇ ਨੇ ਵੀ ਹੈ ਨਾ ਕੋਈ ਪੀ ਆਰ ਰਿਲੇਟਡ ਇੱਥੇ ਕੀ ਪ੍ਰੋਗਰਾਮ ਚੱਲਦੇ ਆ, ਸਟੂਡੈਂਟ ਰਿਲੇਟਡ ਵੀ ਜਾਂ ਸਟੱਡੀ ਵੀ, ਸੈਸਕਾਟੂਨ ਦੇ ਵਿੱਚ ਇੱਦਾਂ ਮੈਂ ਤੁਹਾਨੂੰ ਸੈਸਕਾਟੂਨ ਵਾਰ ਵਾਰ ਕਹੀ ਜਾਂਦਾ, ਦੁਬਾਰਾ ਦੱਸ ਦੇਵਾਂ, ਇਹ ਸਸਕੈਚਵਨ ਦੇ ਵਿੱਚ ਇੱਕ ਸਿਟੀ, ਜਿਵੇਂ ਹੁਣ ਉੱਧਰ ਅੰਟਾਰੀਓ ਵਿੱਚ ਹੈਗਾ, ਹੈ ਨਾ, ਬ੍ਰੈਂਪਟਨ, ਹੋਰ ਵਾਹੁਣ ਸਾਰੀਆਂ ਹੈਗੀਆਂ ਹੈ, ਉੱਦਾਂ ਹੀ ਇਹ ਸਸਕੈਚਵਨ ਵਿੱਚ ਆ ਗਈ ਸੈਸਕਾਟੂਨ ਇੱਕ ਸਿਟੀ। ਅਤੇ ਇੱਕ ਹੈਗੀ ਸੈਸਕਾਟੂਨ, ਇੱਕ ਹੈਗਾ ਰਜਾਈਨਾ, ਜ਼ਿਆਦਾਤਰ ਆਪਣੇ ਰਜਾਈਨਾ ਬਾਹਲਾ ਫੇਮਸ ਆ, ਬਾਹਲਿਆਂ ਨੂੰ ਤਾਂ ਰਜਾਈਨਾ ਬਾਰੇ ਪਤਾ ਹੋਊਗਾ। ਅਤੇ ਸੈਸਕਾਟੂਨ ਦਾ ਮੈਂ ਤਾਂ ਤੁਹਾਨੂੰ ਦੱਸ ਦੇਵਾਂ ਵੀ ਇਹ ਦੋ ਇੱਥੇ ਜ਼ਿਆਦਾਤਰ ਹੈਗੇ ਆ ਫੇਮਸ। ਪਹਿਲਾਂ ਰਜਾਈਨਾ ਦਾ ਫੇਰ ਮੇਲਾ ਤਾਂ ਹੋਣਗੇ, ਪੰਜਾਬੀ ਰਜਾਈਨਾ ਇਦੋਂ ਵੀ ਛੋਟਾ ਵਾ, ਪਰ ਹੁਣ ਆਉਣ ਹੁਣ ਮੂਵ ਹੋਣ ਲੱਗ ਗਿਆ ਬਹੁਤ ਸਟੂਡੈਂਟ, ਸਾਡੇ ਤੋਂ ਬਾਅਦ ਹੀ ਹੁਣ ਸੁਣਨ ਨੂੰ ਮਿਲਦਾ ਵੀ ਬਹੁਤ ਸਟੂਡੈਂਟ ਮੂਵ ਹੋਇਆ ਪੀ ਆਰ ਆ ਖਾਤਰ। ਜੇ ਕਿਸੇ ਨੂੰ ਪੁੱਛਣਾ ਹੋਇਆ ਉਹਦੇ ਰਿਲੇਟਡ ਤਾਂ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰ ਦਿਓ, ਬਾਕੀ ਫੋਲੋ ਕਰ ਲਿਓ ਗਿੱਲ ਹਰਜੀਤ 23 ਆ ਉੱਥੇ ਇੰਸਟਾਗ੍ਰਾਮ ਆਈਡੀ, ਅਤੇ ਸਨੈਪ ਦੀ ਆਈਡੀ ਵੀ ਸੇਮ ਹੀ ਹੈ, ਉਸ 'ਤੇ ਐਡ ਕਰ ਲਿਓ ਜੇ ਕਰਨਾ ਹੋਇਆ। ਬਾਕੀ ਜੇ ਮੈਂ ਨਾ ਰਿਪਲਾਈ ਕਰਾਂ, ਉੱਥੇ ਕਈ ਵਾਰੀ ਨਾ ਰਿਕੁਐਸਟ ਵਿੱਚ ਆ ਜਾਂਦੀ ਹੈ ਜਦੋਂ ਕੋਈ ਨਵਾਂ ਮੈਸੇਜ ਆਉਂਦਾ, ਤਾਂ ਤੁਸੀਂ ਕਮੈਂਟ ਕਰ ਦਿਓ, ਕਮੈਂਟ ਤਾਂ ਮੈਂ ਕੋਸ਼ਿਸ਼ ਕਰਦਾ ਨਾ ਰਿਪਲਾਈ ਦੇਵਾਂ ਹੀ ਦੇਵਾਂ। ਅਤੇ ਬਾਕੀ ਅੱਜ ਆਪਾਂ ਚੱਲਦੇ ਹਾਂ ਗੁਰੂ ਘਰ, ਅਤੇ ਬਾਕੀ ਸੈਸਕਾਟੂਨ ਕਿਵੇਂ ਦਾ ਲੱਗਿਆ, ਹੈ ਨਾ, ਜੀ ਲੱਗਿਆ ਜਾਂ ਨਹੀਂ ਲੱਗਿਆ, ਉਸ 'ਤੇ ਆਪਾਂ ਇੱਕ ਵੱਖਰੀ ਵੀਡੀਓ ਬਣਾਵਾਂਗੇ। ਜਿੱਦਾਂ ਮੈਂ ਕਹਿ ਕੇ ਬ੍ਰੈਂਪਟਨ 'ਤੇ ਵੀਡੀਓ ਬਣਾਈ ਸੀਗੀ, ਹੈ ਨਾ, ਵੀ 3 ਮਹੀਨੇ ਦਾ ਐਕਸਪੀਰੀਅੰਸ, ਉਹ ਵੀਡੀਓ ਇੰਨੀ ਜ਼ਿਆਦਾ ਚੱਲੀ, ਅਤੇ ਉਹ ਵੀਡੀਓ 'ਚ ਮੈਂ ਪੋਜ਼ਿਟਿਵ ਕਮੈਂਟ ਵੀ ਆਏ, ਨੈਗੇਟਿਵ ਕਮੈਂਟ ਵੀ ਆਏ, ਪਰ ਮੈਂ ਤਾਂ ਅੱਜ ਵੀ ਕਹਿੰਦਾ ਵੀ ਬ੍ਰੈਂਪਟਨ ਦੇ ਉਹੀ ਹਾਲਾਤ ਆ। ਚਲੋ ਮੈਨੂੰ ਕੰਮ ਮਿਲ ਗਿਆ, ਉਹੀ ਫਿਰ ਵੱਖਰੀ ਗੱਲ ਆ, ਹੁਣ ਕਿਸਮਤ ਹੁੰਦੀ, ਹੈ ਨਾ, ਵੀ 4-5 ਮਹੀਨੇ ਨਹੀਂ ਮਿਲਿਆ, ਬਾਅਦ 'ਚ ਮਿਲਿਆ, ਉਹ ਵੀ ਰੈਫਰੈਂਸ 'ਤੇ ਮਿਲਿਆ, ਤੁਹਾਨੂੰ ਵੀ ਪਤਾ ਹੀ ਆ ਜਿਹੜੇ ਨਾਲ ਦੇਖਦੇ ਹੀ ਆਏ ਤੁਸੀਂ। ਅਤੇ ਬਾਕੀ ਅੱਜ ਵੀ ਉਹੀ ਹਾਲਾਤ ਆ ਬ੍ਰੈਂਪਟਨ ਦੇ, ਅਤੇ ਉਸ ਤੋਂ ਚੰਗਾ ਤੁਸੀਂ ਹੋਰ ਪਾਸੇ ਆ ਜਾਓ, ਬਹੁਤ ਵਧੀਆ ਵੀ ਕੈਨੇਡਾ ਕੰਮ ਮਿਲ ਜੇ, ਤੁਸੀਂ ਬੱਲੇ ਬੱਲੇ ਆ, ਕੰਮ ਖਿੱਚੀ ਤੁਰੇ ਆਓ ਫਿਰ। ਆਪਾਂ ਇਸ ਟਾਈਮ ਖੜੇ ਹਾਂ ਸੈਸਕਾਟੂਨ ਵਿੱਚ, ਲੱਗਦਾ ਨਹੀਂ ਨਾ ਲੱਗਦਾ ਵੀ ਖੇਤਾਂ ਜਾ ਕੇ ਉੱਥੋਂ ਤੱਕ ਚੈੱਕ ਕਰੋ। ਇਹ ਸ਼ਹਿਰ ਸਿਰਫ 15 ਕਿਲੋਮੀਟਰ ਦਾ, ਜਿੱਦਾਂ ਮੈਂ ਦੱਸਿਆ ਸੀ, ਇੱਥੇ ਬਹੁਤ ਛੇਤੀ ਮੌਕੇ ਆਉਂਦਾ, ਅਤੇ ਆਹ ਪਿੱਛੇ ਮੈਨੂੰ ਕਣਕ ਬੀਜੀ ਹੋਈ ਹੈ, ਕਣਕਾਂ ਜਾਂ ਕੁਛ ਹੋਰ ਆ, ਮੈਂ ਕਿਹੜੇ ਜਗ੍ਹਾ ਦਿਖਾਉਂਦਾ, ਮੈਨੂੰ ਕਣਕ ਹੀ ਲੱਗਦੀ ਉੱਦਾਂ। ਅਤੇ ਮੈਂ ਇਹ ਅੱਬ ਦੀ ਵਾਹਣ ਚੈੱਕ ਕਰੋ, ਉੱਚਾ ਨੀਵਾਂ ਪੂਰਾ, ਅਤੇ ਕਣਕ ਦੀਆਂ ਬੱਲੀਆਂ ਬਹੁਤ ਬਰੀਕ ਬਰੀਕ ਆ, ਬਾਕੀ ਪਾਣੀ ਤਾਂ ਲੱਗਣਾ ਹੀ ਨਹੀਂ ਉੱਚਾ ਨੀਵਾਂ ਕਰਕੇ। ਹੁਣ ਮੈਂ ਬੈਕ ਕੈਮਰਾ ਕਰਕੇ ਤੁਹਾਨੂੰ ਵੀ ਦਿਖਾਉਂਦਾ ਮੈਂ ਇੱਥੋਂ ਦਾ। ਆਹ ਕਰੋ ਚੈੱਕ ਤੁਸੀਂ, ਆਹ ਹੈਗਾ ਗੁਰਦੁਆਰਾ, ਆਹ ਗੁਰਦੁਆਰਾ ਸਾਹਿਬ, ਅਤੇ ਇੱਧਰ ਨਾਲ ਹੀ ਦੇਖੋ ਤੁਸੀਂ, ਕਰੋ ਚੈੱਕ, ਦੂਰ ਦੂਰ ਤੱਕ ਖੇਤ ਹੀ ਖੇਤ ਆ। ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਂਦੀ ਹਾਂ ਇੱਕ ਮਿੰਟ, ਕਣਕੀ ਇਹਦੇ ਆਹ ਦੇਖੋ, ਇੱਥੇ ਨੀਵਾਂ ਵਾਣ, ਉਹ ਉੱਥੇ ਕਿੰਨਾ ਉੱਚਾ, ਇੱਥੇ ਪਾਣੀ ਲਾਉਣ ਲੱਗ ਗਏ ਤਾਂ ਉੱਧਰ ਨੂੰ ਤਾਂ ਚੜ੍ਹਨਾ ਹੀ, ਇਹ ਪੱਧਰਿੰਗ ਕਰਨ ਲੱਗ ਗਏ ਹਨ ਜ਼ਮੀਨਾਂ 'ਤੇ, ਪਤਾ ਨਹੀਂ ਕਿੰਨੇ ਕਿੱਲੇ ਹੋਣਗੇ ਦੂਰ ਤੱਕ ਦੇਖੋ। ਇਹ ਸਾਰਾ ਖੇਤ ਹੀ ਖੇਤ ਆ, ਇਹਨੂੰ ਕਿੰਗਸਟਨ ਪਤਾ ਨਹੀਂ, ਮੈਨੂੰ ਨਾਂ ਨਹੀਂ ਲੈਣਾ ਆਉਂਦਾ ਇੱਥੋਂ ਦਾ, ਜਿਹੜਾ ਇਸ ਏਰੀਏ ਨੂੰ ਕਹਿੰਦੇ ਆ, ਉਸ ਤੋਂ ਬਾਹਰ ਨਿਕਲ ਕੇ ਆ। ਆਹ ਨਵੀਂ ਸੜਕ ਬਣੀ ਆ ਇੱਧਰ, ਉਹ ਉੱਧਰ ਤੱਕ ਆ ਸਾਰੀ ਨਵੀਂ ਜਾ ਰਹੀ ਆ, ਅਤੇ ਉਹ ਇੱਥੇ ਆ ਨਵੇਂ ਘਰ ਬਣੇ, ਜਿੰਨੇ ਆਹ ਘਰ ਹੁੰਦੇ ਗਏ ਆ ਸਾਰੇ ਨਵੇਂ ਬਣੇ ਆ। ਚਲੋ ਆਪਾਂ ਗੁਰੂ ਘਰ ਜਾਂਦੇ ਹਾਂ, ਅੱਜ ਸੰਗਤ ਨਹੀਂ ਤਾਂ ਠੀਕ ਹੀ ਹੁੰਦੀ ਆ, ਕਿਉਂਕਿ ਅੱਜ ਸੰਡੇ ਕਰਕੇ ਸੰਗਤ ਫਿਰ ਵੀ ਹੈਗੀ ਆ। ਹੁਣ ਆਪਾਂ ਕਰਦੇ ਹਾਂ ਐਂਟਰ, ਅਤੇ ਜਿੰਨਾ ਕੁ ਅੰਦਰੋਂ ਜਿੰਨਾ ਕੁ ਹੋ ਸਕਿਆ ਓਨਾ ਕੁ ਬਣਾ ਲਾਂਗੇ। ਓਕੇ, ਹਾਂਜੀ, ਤੁਸੀਂ ਕਰੋ ਦਰਸ਼ਨ ਦਰਬਾਰ ਸਾਹਿਬ ਦੇ,
ਦੇਖੋ ਇਹਨਾਂ ਨੇ ਬਹੁਤ ਹੀ ਸੋਹਣਾ ਦਰਬਾਰ ਸਾਹਿਬ ਸਜਾਇਆ ਹੋਇਆ, ਬਹੁਤ ਹੀ ਸੋਹਣਾ ਬਣਾਇਆ ਹੋਇਆ। ਇਹ ਇੱਦਾਂ ਨਹੀਂ ਗਾ ਵੀ ਜੇ ਪੰਜਾਬ ਤੋਂ ਜਿਹੜੇ ਦੇਖ ਰਹੇ ਆ ਉਹਨਾਂ ਨੂੰ ਗੁਰਦੁਆਰਾ ਦਿਖਾ ਦੇਵਾਂ ਮੈਂ, ਇੱਦਾਂ ਨਹੀਂ ਵੀ ਕੁਛ ਵੀ ਇਹ ਸੀਮੈਂਟ ਦਾ ਨਹੀਂ ਗਾ, ਥੰਮ ਵੀ ਇਹ ਸਾਰੀ ਡਰਾਈਵ ਵਾਲਾ ਮਤਲਬ ਲੱਕੜ ਹੀ ਆ, ਅਤੇ ਲੱਕੜ ਨਾਲ ਹੀ ਇੰਨਾ ਵਧੀਆ ਬਣਾਇਆ ਹੋਇਆ ਸਭ ਕੁਛ, ਅਤੇ ਪਾਲਕੀ ਵੀ ਦੇਖੋ। ਅਤੇ ਅੱਜ ਸੰਗਤ ਬਹੁਤ ਜ਼ਿਆਦਾ ਕਿਉਂਕਿ ਅਸੀਂ ਗਏ ਸੀ ਸੰਡੇ ਵਾਲੇ ਦਿਨ, ਉੱਦਾਂ ਸੰਗਤ ਬਹੁਤ ਘੱਟ ਹੁੰਦੀ ਹੈ ਸ਼ਹਿਰ 'ਚ, ਸੰਗਤ ਉੱਦਾਂ ਹੀ ਬਹੁਤ ਘੱਟ ਆ ਪੰਜਾਬੀ ਘੱਟ ਕਰਕੇ, ਅਤੇ ਫਿਰ ਵੀ ਸੰਡੇ ਕਰਕੇ ਵਧੀਆ ਸੀ ਅੱਜ। ਅਤੇ ਆਹ ਤੁਸੀਂ ਚੈੱਕ ਕਰੋ, ਹੁਣ ਆਪਾਂ ਚੱਲੇ ਸੀਗੇ ਲੰਗਰ ਹਾਲ ਨੂੰ, ਉੱਪਰ ਬਣਾਇਆ ਹੋਇਆ ਦਰਬਾਰ ਸਾਹਿਬ ਇਹਨਾਂ ਨੇ, ਅਤੇ ਥੱਲੇ ਉੱਤਰ ਕੇ ਹੈਗਾ ਵਾ ਲੰਗਰ ਹਾਲ। ਹੁਣ ਮੈਂ ਤੁਹਾਨੂੰ ਮਾੜਾ ਜਿਹਾ ਇੱਥੋਂ ਸੀੜੀਆਂ ਤੋਂ ਦਿਖਾ ਦੇਵਾਂ, ਅਤੇ ਹੁਣ ਆਪਾਂ ਚੱਲਦੇ ਹਾਂ ਲੰਗਰ ਹਾਲ। ਆਹ ਚੈੱਕ ਕਰੋ ਤੁਸੀਂ, ਅਸੀਂ ਖੜ੍ਹੇ ਸੀ ਲੰਗਰ ਹਾਲ 'ਚ, ਸਾਨੂੰ ਆ ਬਾਹਰ ਜ਼ਮੀਨ ਦਿਖ ਰਹੀ ਸੀ ਕਿਉਂਕਿ ਨੀਵਾਂ ਬਣਿਆ ਹੋਇਆ, ਮਿੱਟੀ ਪੱਟ ਕੇ ਜਿਵੇਂ ਬੇਸਮੈਂਟ ਹੁੰਦੀ ਆ, ਆ ਬਾਹਰ ਉੱਥੇ ਸਾਨੂੰ ਜ਼ਮੀਨ ਦਿਖ ਰਹੀ ਸੀ, ਅਤੇ ਆ ਸਾਰਾ ਅੰਡਰਗਰਾਊਂਡ ਬਣਿਆ ਹੋਇਆ ਲੰਗਰ ਹਾਲ। ਲੰਗਰ ਹਾਲ ਫਿਰ ਵੀ ਬਹੁਤ ਵੱਡਾ ਸੀਗਾ, ਅਤੇ ਇੱਥੇ ਸਾਨੂੰ ਬਾਅਦ 'ਚ ਪਤਾ ਲੱਗਾ ਵੀ ਇਹ ਸੰਗਤ ਇੰਨੀ ਤਾਂ ਆਈ ਹੋਈ ਸੀਗੀ ਕੋਈ ਪ੍ਰੋਗਰਾਮ ਕਰਕੇ, ਕਿਸੇ ਨੇ ਪਾਠ ਖੁਲਵਾਇਆ ਹੋਣਾ ਅਤੇ ਤਾਂ ਕਰਕੇ ਸੀਗਾ ਜੀ। ਸੰਸਕਾਰ ਹੁੰਦਾ ਗੁਰੂ ਘਰ ਗੁਰਦੁਆਰਾ ਜਿੱਦਾਂ ਤੁਸੀਂ ਦੇਖ ਹੀ ਲਿਆ ਹੋਣਾ ਵਾ, ਮਗਰ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ। ਹੁਣ ਮੈਂ 360 ਤੋਂ ਘੁੰਮ ਕੇ ਦਿਖਾ ਦਿੰਦਾ, ਬਿਲਕੁਲ ਖੇਤਾਂ ਦੇ ਵਿੱਚ ਬਣਿਆ ਹੋਇਆ ਇਹ, ਸਾਰੇ ਪਾਸੇ ਖੇਤ ਹੀ ਖੇਤ, ਬਿਲਕੁਲ ਪਿੰਡ ਵਾਲਾ ਕੰਮ ਆ। ਅਤੇ ਆ ਕਰੋ ਚੈੱਕ, ਆ ਇੰਨੀਆਂ ਗੱਡੀਆਂ ਅੱਜ ਹੀ ਆ ਇੱਥੇ, ਸਾਨੂੰ ਅੰਦਰ ਜਾ ਕੇ ਪਤਾ ਲੱਗਿਆ ਇੱਥੇ ਤਾਂ ਕੋਈ ਪ੍ਰੋਗਰਾਮ ਸੀਗਾ ਤਾਂ ਕਰਕੇ ਇੰਨੀ ਸੰਗਤ ਆਈ ਹੋਈ ਆ। ਜਦੋਂ ਪ੍ਰਸ਼ਾਦਾ ਛਕਣ ਲੱਗੇ ਹਜੇ ਭੋਗ ਨਹੀਂ ਸੀ ਪਿਆ ਤਾਂ ਉਹਨੇ ਪ੍ਰਸ਼ਾਦਾ ਨਹੀਂ ਦਿੱਤਾ, ਉੱਦਾਂ 24 ਘੰਟੇ ਇੱਥੇ ਪ੍ਰਸ਼ਾਦਾ ਨਹੀਂ ਦਿੰਦਾ ਕਿਉਂਕਿ ਨਵਾਂ ਬਣਿਆ ਮੈਨੂੰ ਲੱਗਦਾ। ਬਾਕੀ ਇੱਥੋਂ ਦੇ ਲੋਕਲਾਂ ਨੂੰ ਜ਼ਿਆਦਾ ਪਤਾ ਹੋਊਗਾ ਵੀ, ਮੈਨੂੰ ਸ਼ੋਰ ਵੀ ਨਹੀਂ ਗਾ ਵੀ ਇੱਥੇ ਇੱਕ ਜਾਂ ਦੋ ਆ, ਬਟ ਜਿੰਨਾ ਕਿ ਮੈਂ ਸੁਣਿਆ ਵੀ ਇੱਥੇ ਗੁਰਦੁਆਰਾ ਵੀ, ਬਾਕੀ ਸ਼ਾਇਦ ਉਹ ਦੂਸਰੇ ਪਸਾਈਡ ਹੋਊਗਾ। ਅਤੇ ਉੱਦਾਂ ਇੱਥੇ ਇੰਨੀ ਸੰਗਤ ਹੁੰਦੀ ਨੀਗੀ, ਅੱਜ ਤਾਂ ਉਹ ਕੋਈ ਪ੍ਰੋਗਰਾਮ ਕਰਕੇ ਅਤੇ ਇੱਥੇ ਇੰਨੀ ਸੰਗਤ ਸੀ, ਅਤੇ ਨਹੀਂ ਤਾਂ ਬਾਕੀ ਅੱਜ ਸੰਡੇ ਆ ਅਤੇ ਤਾਂ ਕਰਕੇ ਜਿਵੇਂ ਹੁਣ ਅਸੀਂ ਸੰਡੇ ਕਰਕੇ ਆ ਗਏ ਵੀ ਹੁਣ ਅੱਜ ਰਾਤ ਨੂੰ ਕੰਮ ਹੈ ਨਹੀਂ ਆ ਮੇਰਾ, ਅਤੇ ਤਾਂ ਕਰਕੇ ਆ ਗਏ, ਤਾਂ ਸੰਗਤ ਥੋੜ੍ਹੀ ਜ਼ਿਆਦਾ ਘੱਟੀ ਹੋਈ ਆ। ਇੱਧਰ ਸਾਰੇ ਦਰਖਤ ਨੇ ਅਤੇ ਇੱਧਰ ਗੁਰੂ ਘਰ, ਕਿੰਨਾ ਵਧੀਆ ਬਣਿਆ ਹੋਇਆ ਨਾ ਖੇਤਾਂ 'ਚ, ਦੇਖੋ ਨਿਸ਼ਾਨ ਸਾਹਿਬ ਝੂਲ ਰਿਹਾ, ਹਵਾ ਵਗ ਰਹੀ ਕਰਕੇ ਸ਼ਾਇਦ ਮੇਰੀ ਆਵਾਜ਼ ਵੀ ਕਲੀਅਰ ਨਾ ਆ ਰਹੀ ਹੋਵੇ, ਪਰ ਇੱਕ ਵਾਰੀ ਤੁਸੀਂ ਚੈੱਕ ਕਰੋ। ਹਵਾ ਕਿੰਨੀ ਵਧੀਆ ਵਗ ਰਹੀ ਆ ਅੱਜ, ਬਹੁਤ ਵਧੀਆ ਮੌਸਮ ਫਿਲਹਾਲ। ਹੁਣ ਠੰਡ ਸ਼ੁਰੂ ਹੋ ਜਾਣੀ ਆ, ਸਨੋ ਤਾਂ ਹਜੇ ਰੁਕ ਜਾਊਗੀ, ਇੱਥੇ ਜ਼ਿਆਦਾ ਪੈਂਦੀ ਜਿਹੜਾ ਸਨੋ ਵੀ, ਪਰ ਮੌਸਮ ਦਾ ਫਰਕ ਆ ਜਿਹੜਾ ਪੈਣ ਲੱਗ ਗਿਆ। ਹੁਣ ਚਲੋ ਮੈਂ ਅੰਦਰ ਬੈਠ ਗਿਆ ਜੀ, ਹੋ ਸਕਦਾ ਤੁਹਾਨੂੰ ਬਾਹਰ ਕੁਛ ਸੁਣਿਆ ਬਣਾ ਹੋਵੇ ਵੀ ਹਵਾ ਬਾਹਲੀ ਜ਼ਿਆਦਾ ਵਗ ਰਹੀ ਸੀ, ਅਤੇ ਹਵਾ ਦੀ ਆਵਾਜ਼ ਵੀ ਆਈ ਹੋਊਗੀ ਨਾ, ਆਪਾਂ ਉੱਦਾਂ ਹੀ ਫੋਨ ਨਾਲ ਹੀ ਸ਼ੂਟ ਕਰ ਰਹੇ ਹਾਂ। ਅਤੇ ਬਟ ਇੱਦਾਂ ਵੀ ਮੈਂ ਅੰਦਰ ਬਾਹਲੀ ਵੀਡੀਓ ਨਹੀਂ ਬਣਾਈ, ਫਿਰ ਬਾਹਲਾ ਵਧੀਆ ਜਿਹਾ ਨਹੀਂ ਲੱਗਦਾ ਜ਼ਿਆਦਾ ਵੀਡੀਓ ਬਣਾਉਂਦੇ ਮੈਂ ਦਰਬਾਰ ਸਾਹਿਬ ਦੀ, ਚਲੋ ਬਣਾ ਲਈ ਤੁਹਾਨੂੰ ਦਿਖਾਉਣ ਲਈ ਜਿਹੜਾ ਅੰਦਰ ਦਰਬਾਰ ਸਾਹਿਬ ਬਣਿਆ। ਬਾਕੀ ਸਾਰੇ ਜਿੰਨੇ ਵੀ ਇੱਧਰ ਆ ਨਾ ਉਹ ਸਾਰਾ ਵੁੱਡ ਫਰੇਮ ਦਾ ਹੀ ਬਣਿਆ ਹੁੰਦਾ ਵਾ, ਇੱਦਾਂ ਨਹੀਂ ਵੀ ਉਹ ਜਿਵੇਂ ਆਪਣੇ ਤਾਂ ਪੂਰੇ ਥੰਮ ਬਣੇ ਹੁੰਦੇ ਪੱਥਰ ਦੇ, ਉੱਦਾਂ ਨਹੀਂ ਆ ਵੁੱਡ ਫਰੇਮ ਦਾ ਹੀ ਬਣਿਆ ਹੁੰਦਾ ਵਾ। ਅਤੇ ਬਾਕੀ ਤੁਸੀਂ ਦੇਖ ਹੀ ਲਿਆ ਵਾ ਆਸੇ ਪਾਸੇ ਸਾਰਾ ਵੀ ਬਹੁਤ ਵਧੀਆ ਸ਼ਾਨਦਾਰ ਬਿਲਡਿੰਗ ਬਣੀ ਹੋਈ ਆ ਬਾਹਰੇ ਬਾਹਰ ਖੇਤਾਂ 'ਚ। ਅਤੇ ਹੁਣ ਤਾਂ ਇੱਥੇ ਬਾਕੀ ਆ ਰਹੇ ਕਰਕੇ ਹੁਣ ਸਟੂਡੈਂਟ ਵੀ ਬਹੁਤ ਮੂਵ ਹੋ ਰਹੇ ਆ, ਬਹੁਤ ਜ਼ਿਆਦਾ ਮੂਵ ਹੋ ਰਹੇ ਆ, ਥੋੜ੍ਹੇ ਨਹੀਂ ਸਟੂਡੈਂਟ ਹਰ ਦਿਨ ਪਤਾ ਨਹੀਂ ਕਿੰਨੇ ਸਟੂਡੈਂਟ ਆ ਰਹੇ, ਜਦੋਂ ਮੈਂ ਮੇਰੇ ਨਾਲ ਵੀ ਮੈਨੂੰ ਬਥੇਰੇ ਟੱਕਰੇ ਸੀਗੇ ਸਟੂਡੈਂਟ, ਕਈ ਇੰਨਾ ਵੀ ਜਿਹੜੇ ਵਰਕ ਪਰਮਿਟ 'ਤੇ ਆ ਗਏ ਆ। ਅਤੇ ਬਾਕੀ ਹੁਣ ਸਟੂਡੈਂਟ ਵੀ ਟੋਰਾਂਟੋ ਘੱਟ ਜਾਣਗੇ, ਬ੍ਰੈਂਪਟਨ ਘੱਟ ਜਾਣਗੇ, ਜਾਣੋ ਇਹਨਾਂ ਸ਼ਹਿਰਾਂ ਜਾਣਗੇ, ਇੱਥੇ ਜ਼ਿਆਦਾਤਰ 1 ਸਾਲ ਦੀ ਸਟੱਡੀ ਲੈ ਕੇ ਆਉਂਦੇ ਆ ਕਿਉਂਕਿ 6 ਮਹੀਨੇ ਦਾ ਐਕਸਪੀਰੀਅੰਸ ਚਾਹੀਦਾ ਹੁੰਦਾ ਜੇ ਲੋਕਲ ਸਟੂਡੈਂਟ ਆ ਇੱਥੇ ਪੜ੍ਹਿਆ ਵਾ, 6 ਮਹੀਨੇ ਦਾ ਐਕਸਪੀਰੀਅੰਸ ਲੈ ਕੇ ਅਤੇ PR ਦੀ ਫਾਈਲ ਲੱਗ ਜਾਂਦੀ ਇੱਥੇ, ਤਾਂ ਕਰਕੇ ਹੁਣ ਇੱਧਰ ਨੂੰ ਰੁਝਾਨ ਵਧਿਆ ਆ। ਬਸ ਇੱਕ ਵੈਦਰ ਦਾ ਹੀ ਆ ਥੋੜ੍ਹਾ ਜਿਹਾ ਵੀ -40-50-30-40 ਤਾਂ ਨੋਰਮਲ ਰਹਿੰਦਾ, ਵੀ 60 ਤੱਕ ਵੀ ਚਲਿਆ ਜਾਂਦਾ, -60 ਤੱਕ ਵੀ ਉਹ ਦੇਣਾ ਔਖੇ ਹੁੰਦੇ ਆ। ਬਾਕੀ ਦੇਖੋ ਹੁਣ ਦੇਖਦੇ ਹਾਂ ਗਾਂਹ ਸਾਨੂੰ ਆਊਗੀ। ਹੁਣ ਆਪਾਂ ਚੱਲਦੇ ਹਾਂ ਸਪਲੀਮੈਂਟ ਲੈਣ, ਜਿਹੜੇ ਇੰਸਟਾਗ੍ਰਾਮ 'ਤੇ ਜੁੜੇ ਵਿਆ ਉਹਦੀ ਆਈ ਡੀ ਹੈਗੀ ਆਪਣੀ ਗੱਲ ਹਰਜੀਤ ਆਈ, ਉੱਥੇ ਆਪਣੀ ਟਰਾਂਸਫੋਰਮੇਸ਼ਨ ਸੀਰੀਜ਼ ਸ਼ੁਰੂ ਹੋਣ ਵਾਲੀ ਆ, ਮਾਲਕ ਕਿਰਪਾ ਰੱਖਿਓ ਵਧੀਆ ਚੱਲੇ ਆਪਣੀ, ਕੋਈ ਵਿੱਚ ਉਹਦੇ ਵਿਗੜ ਨਾ ਪਵੇ ਤਾਂ ਚੰਗੀ ਗੱਲ ਆ।
ਤੇ ਬਾਕੀ ਹੁਣ ਸਪਲੀਮੈਂਟ ਲੈਣ ਚੱਲਦੇ ਹਾਂ ਅਤੇ ਆਪਾਂ ਟ੍ਰਾਂਸਫੋਰਮੇਸ਼ਨ ਸ਼ੁਰੂ ਕਰਦੇ ਹਾਂ, ਕਿਉਂਕਿ ਮੈਨੂੰ ਪਿੰਡ 'ਤੇ ਵੀ ਸੀਗਾ ਜਿੰਮ ਲਾਉਣ ਦਾ ਸ਼ੌਂਕ ਤਾਂ, ਪਰ ਇੱਥੇ ਆ ਕੇ ਜਦੋਂ ਸਟੱਡੀ ਆ ਗਈ ਅਤੇ ਉਦੋਂ ਬਾਅਦ ਸਾਰਾ ਕੁਛ ਹੀ ਬਸ ਤੈਰ ਸਨੈਸ ਹੋ ਗਿਆ। ਬਸ ਹੁਣ ਮਾਲਕ ਕਿਰਪਾ ਰੱਖੇ ਕਰਦੇ ਹਾਂ ਸ਼ੁਰੂ। ਲਓ ਵੀ ਤੁਸੀਂ ਵਿਊ ਚੈੱਕ ਕਰੋ, ਇੰਨਾ ਸ਼ਾਨਦਾਰ ਬੱਦਲ ਕਿੰਨੇ ਸੋਹਣੇ ਆ, ਬਿਲਕੁਲ ਸਾਫ਼ ਵੈਦਰ ਪੂਰਾ, ਦਿਲਪ੍ਰੀਤ ਵੀ ਇੱਧਰ ਖਿੱਚੀ ਜਾਂਦਾ ਗੱਡੀ ਪੂਰੀ। ਇੱਧਰ ਰੋਡ ਵੀ ਤੁਸੀਂ ਚੈੱਕ ਕਰੋ, ਬਰੈਂਪਟਨ ਨਹੀਂ ਗਾ ਇਹ, ਸੈਸਕਾਟ ਹੋਣਾ। ਇੱਧਰ ਦੇਖੋ ਸਾਈਡ ਤੋਂ ਉੱਪਰ ਉੱਠਿਆ, ਇੱਦਾਂ ਲੱਗਦਾ ਨਾ ਜਿਵੇਂ ਪੰਜਾਬ 'ਚ ਆ ਗਏ ਹੁੰਦੇ ਆ, ਘਾਹ ਜਿਹਾ ਉੱਗਿਆ ਵਾ ਇੱਧਰ, ਵੀ ਆ ਸਾਫ਼ ਸਫਾਈ ਨਹੀਂ ਹੋਈ। ਕੋਈ ਨਹੀਂ, ਇਹ ਸ਼ਹਿਰ ਬਣ ਰਿਹਾ ਵਾ, ਹੌਲੀ ਹੌਲੀ ਇਹਨਾਂ ਨੇ ਇਹਨੂੰ ਵੀ ਸਰਾਈ ਕਰ ਦੇਣਾ ਵਾ, ਫਿਰ ਇਹ ਵੀ ਸਰਾਈ ਲੱਗਿਆ ਕਰੂ। ਬਾਕੀ ਸੜਕਾਂ ਬਣ ਰਹੀਆਂ, ਵੀ ਨਵੀਂ ਬਣੀ ਆ ਹਾਲੇ, ਬੱਦਲ ਦੇਖੋ ਤੁਸੀਂ ਕਿੰਨੇ ਸੋਹਣੇ ਆ। ਲੈ ਜੀ ਇੱਧਰ ਬਣਿਆ ਵਾ ਡਰਾਈਵ ਟੈਸਟ ਸੈਂਟਰ, ਅਤੇ ਆਹ ਹੈਗਾ ਸਪਲੀਮੈਂਟ ਸਟੋਰ। ਐਂ ਵੜ ਗਿਆ ਦਲਪ੍ਰੀਤ, ਕਿਹੜਾ ਇਹ ਸਪਲੀਮੈਂਟ ਵਰਲਡ। ਸਪਲੀਮੈਂਟ ਇਹਨਾਂ ਕੋਲ ਬਹੁਤ ਹੀ ਜ਼ਿਆਦਾ ਪਏ ਸੀ, ਕੋਈ ਛੋਟਾ ਸਟੋਰ ਨਹੀਂ ਸੀਗਾ, ਬਥੇਰਾ ਸਟੋਰ ਵੱਡਾ ਸੀਗਾ, ਬਥੇਰੇ ਬ੍ਰਾਂਡ ਪਏ ਸੀ ਇਹਨਾਂ ਕੋਲ, ਡਿਸਕਾਊਂਟ ਵੀ ਚੱਲ ਰਹੇ ਸੀਗੇ। ਅਤੇ ਆਹ ਇੱਧਰ ਮਲਟੀ ਵਿਟਾਮਿਨ, ਕਰਟੀਨ, ਐਲ ਕਾਰਨੀਟਾਈਨ, ਮੈਗਨੀਸ਼ੀਅਮ, ਕੋਲੇਜਨ, ਕੋਲੇਜਨ ਸਭ ਕੁਛ ਹੀ ਸੀਗਾ ਇਹਨਾਂ ਕੋਲ। ਅਤੇ ਆਹ ਦੇਖੋ ਸੈਂਪਲ ਰੱਖੇ ਹੋਏ ਆ, ਤੁਸੀਂ ਟਰਾਈ ਵੀ ਕਰ ਸਕਦੇ ਹੋ ਇੱਕ ਸਕੂਪ। ਅਸੀਂ ਤਾਂ ਨਹੀਂ ਆਪਾਂ ਚੱਕ ਲਿਆਂਦੇ ਸੀਗੇ, ਉਹਦੇ ਬਾਅਦ 'ਚ ਹੀ ਬਾਅਦ ਮੇਰਾ ਟਾਈਮ ਨਹੀਂ ਲੱਗਿਆ ਵੀਡੀਓ ਬਣਾਉਣ ਦਾ, ਅਤੇ ਆਪਾਂ ਵੀਡੀਓ ਨੂੰ ਹੁਣ ਐਂਡਿੰਗ ਕਰ ਦਈਏ। ਹੁਣ ਮੈਂ ਸਪਲੀਮੈਂਟ ਵਿਖਾ ਦਿੰਦਾ ਕਿਹੜੇ ਕਿਹੜੇ ਲਿਆਉਂਦੇ ਆ। ਆਹ ਮੈਂ ਵਾਲਾ ਮੈਂ ਪਿੰਡ ਵੀ ਵਰਤਦਾ ਰਿਹਾ, ਮਸਲ ਟੈਕ ਦਾ, ਨਾਈਟਰੋ ਟੈਕ ਦਾ, ਅੱਗੇ ਇਹਦੀ ਪੈਕਿੰਗ ਫੋਰ ਹੁੰਦੀ ਸੀ ਪੁਰਾਣੀ ਪੈਕਿੰਗ, ਜਿਹੜੇ ਜਿੰਮ ਲਾਉਂਦੇ ਉਹਨਾਂ ਨੂੰ ਤਾਂ ਪਤਾ ਹੋਊਗਾ। ਅਤੇ ਇਹ ਮੈਂ ਨਹੀਂ ਲਿਆਉਂਦਾ ਗਾ, ਇਹ ਤਾਂ ਮੇਰਾ ਜਿੰਮ ਪਾਰਟਨਰ ਆ ਉਹਨੇ ਲਿਆਉਂਦਾ ਵਾ। ਅਤੇ ਆਹ ਮੇਰੇ ਕੋਲ ਫਿਲਹਾਲ ਹੈਗਾ ਵਾ ਲੀਨ ਫਿੱਟ ਦਾ, ਪਹਿਲੀ ਵਾਰੀ ਲਿਆਉਂਦਾ ਵਰਤ ਕੇ ਦੇਖਣਾ ਸੀਗਾ, ਠੀਕ ਆ। ਇਹਦਾ ਟੇਸਟ ਥੋੜ੍ਹਾ ਜਿਹਾ ਕੌੜਾ ਜਿਹਾ ਆਉਂਦਾ ਵਿੱਚ ਦੀ, ਵੀ ਇੰਨਾ ਨਹੀਂ ਗਾ ਮੈਨੂੰ ਵਧੀਆ ਨਹੀਂ ਲੱਗਿਆ, ਬਟ ਐਤਕੀ ਚੱਲ ਵਰਤ ਲੈਣਾ ਆਪਾਂ। ਇਹਦੇ 24 ਗ੍ਰਾਮ ਪ੍ਰੋਟੀਨ ਆ, ਇਹਦੀ ਇੱਕ ਖਾਸੀਅਤ ਆ ਵੀ ਇਹਦੇ 'ਚ ਕਰੇਟੀਨ ਵੀ ਨਾਲ ਆ 3 ਗ੍ਰਾਮ, ਅਤੇ ਤਾਂ ਕਰਕੇ ਆਪਾਂ ਨੂੰ ਇਹਦਾ ਫਾਇਦਾ ਵਾ। ਸਕੂਪ ਇਹਦਾ ਹੈਗਾ 46 ਗ੍ਰਾਮ ਦਾ, ਅਤੇ ਸਰਵਿੰਗਸ 50 ਵਾ, ਤਾਂ ਇਹ ਮੈਨੂੰ ਬਹੁਤ ਵਧੀਆ ਇਹਦਾ ਰਿਜ਼ਲਟ ਵੀ ਮਿਲਿਆ ਉੱਥੇ ਪਿੰਡ ਮੈਂ ਇਹ ਵਰਤਦਾ ਰਿਹਾ ਵਾਂ। 3 ਗ੍ਰਾਮ ਇਹਦੇ 'ਚ ਕਰੇਟੀਨ ਹੁੰਦਾ ਵਾ, ਅਤੇ ਬਾਕੀ ਆ ਸ਼ੇਕਰ ਲਿਆਉਂਦਾ ਸੀਗਾ ਇੱਕ। ਅਤੇ ਵੀਡੀਓ ਨੂੰ ਆਪਾਂ ਇੱਥੇ ਹੀ ਐਂਡ ਕਰਦੇ ਹਾਂ। ਬਾਕੀ ਇੱਥੇ ਸੈਸਕਟੂਨ 'ਚ ਹਲੇ ਘੁੰਮਣ ਵਾਲੀਆਂ ਜਗ੍ਹਾ ਤਾਂ ਇੰਨੀਆਂ ਹੈ ਨਹੀਂ ਗੀਆਂ, ਕਿਉਂਕਿ ਬਰੈਂਪਟਨ ਨੂੰ ਤਾਂ ਹੈ ਨਹੀਂ ਗਾ ਵੀ ਅਸੀਂ ਕਿਸੇ ਨਾ ਕਿਤੇ ਤੁਰੇ ਫਿਰਦੇ ਰਹਾਂਗੇ। ਜਿਵੇਂ ਜਿਵੇਂ ਟਾਈਮ ਲੱਗਿਆ ਕਰੂਗਾ ਆਪਾਂ ਵੀਡੀਓ ਪਾਉਂਦੇ ਰਹਾਂਗੇ। ਬਾਕੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ ਨੂੰ, ਅਤੇ ਅੱਗੇ ਆਪਾਂ ਉੱਥੇ ਇੰਸਟਾਗ੍ਰਾਮ 'ਤੇ ਟ੍ਰਾਂਸਫੋਰਮੇਸ਼ਨ ਦੀ ਸੀਰੀਜ਼ ਸ਼ੁਰੂ ਕੀਤੀ ਆ, ਉੱਥੇ ਫੋਲੋ ਕਰ ਲਿਓ। ਹੁਣ ਆਪਾਂ ਕਰਨੀ ਆ ਟ੍ਰਾਂਸਫੋਰਮੇਸ਼ਨ, ਫਾਈਨਲੀ ਆਪਣਾ ਟਾਈਮ ਲੱਗ ਗਿਆ ਇੱਧਰ ਵਾਲੇ ਜਿੰਮ ਵਾਲੇ ਪਾਸੇ। ਅਤੇ ਬਾਕੀ ਜੋ ਜੋ ਵੀ ਅਪਡੇਟ ਆਉਂਦੀਆਂ ਰਹਿਣਗੀਆਂ, ਹੈ ਨਾ, ਅਤੇ ਇੱਕ ਸੱਚ ਮੈਂ ਦੱਸਣਾ ਸੀ ਵੀ ਸਪੈਸ਼ਲ ਵੀਡੀਓ ਬਣਾਵਾਂਗੇ। ਇੱਕ ਤਾਂ ਵੀ ਕਿਹੜੇ ਕਿਹੜੇ ਪੀ ਆਰ ਪ੍ਰੋਗਰਾਮ ਚੱਲ ਰਹੇ ਆ, ਹੈ ਨਾ, ਸਸਕੈਚਵਨ 'ਚ ਵੀ ਕਿੱਦਾਂ ਪੀ ਆਰ ਹੋ ਸਕਦੀ ਹੈ, ਕੀ ਇੱਥੇ ਚੱਲ ਰਿਹਾ ਵਾ ਮਾਹੌਲ, ਵੀ ਇੰਨੀ ਸੌਖੀ ਵੀ ਨਹੀਂ ਗੀ, ਪੈਸੇ ਦੀ ਗੇਮ ਆ, ਪੈਸਾ ਲੱਗਦਾ ਵਾ, ਪੈਸਾ ਵੀ ਥੋੜ੍ਹਾ ਨਹੀਂ ਲੱਗਦਾ, ਬਥੇਰਾ ਲੱਗਦਾ ਵਾ ਜੇ ਦੂਸਰਾ ਸਿਸਟਮ ਅਪਣਾਉਣਾ ਹੋਵੇ ਤਾਂ। ਇੱਕ ਨੰਬਰ 'ਚ ਤਾਂ ਫਿਰ ਬੰਦੇ ਨੂੰ ਧੱਕੇ ਖਾਣੇ ਪੈਂਦੇ ਆ ਬਹੁਤ ਜ਼ਿਆਦਾ ਇੱਧਰ ਵੀ। ਬਾਕੀ ਹੋਰ ਵੀਡੀਓ ਜੇ ਕੋਈ ਵੀ ਡਾਊਟ ਹੋਇਆ ਤੁਸੀਂ ਪੁੱਛ ਸਕਦੇ ਆ, ਅਤੇ ਆਪਾਂ ਵੀਡੀਓ ਨੂੰ ਇੱਥੇ ਐਂਡ ਕਰਦੇ ਹਾਂ। ਐਟ ਦੀ ਲਾਸਟ ਹਰਜੀਤ ਗੱਲ ਚੜੈਕ, ਵਾਹਿਗੁਰੂ ਮਿਹਰ ਕਰੇ, ਲਵ ਯੂ ਆਲ।